ਕਰਨਾਟਕਾ 'ਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੀ ਬੇਤਹਾਸ਼ਾ ਕੁੱਟਮਾਰ, ਗੁੰਡਾਗਰਦੀ ਦੇ ਨੰਗੇ ਨਾਚ ਦਾ ਲਾਈਵ ਵੀਡੀਓ। ਕਰਨਾਟਕਾ 'ਚ ਹਾਲੇ ਕੁਝ ਦਿਨ ਪਹਿਲਾਂ ਹੀ ਕਾਂਗਰਸ ਦੀ ਸਰਕਾਰ ਬਣੀ ਹੈ, ਪਰ ਸਰਕਾਰ ਬਣਨ ਦੇ ਨਾਲ ਹੀ ਸਿੱਖ ਨੌਜਵਾਨ 'ਤੇ ਹਮਲੇ ਦੀ ਤਾਜ਼ਾ ਘਟਨਾ ਸੁਰਖੀਆਂ ਵਿੱਚ ਹੈ, ਜਿੱਥੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ, ਉਸਦੇ ਕੇਸ ਵੀ ਕਤਲ ਕਰ ਦਿੱਤੇ ਗਏ ਅਤੇ ਦਸਤਾਰ ਦੀ ਘੋਰ ਬੇਅਦਬੀ ਕੀਤੀ ਗਈ। 25 ਸਾਲਾ ਅਜਨਾਲਾ ਦਾ ਪੰਜਾਬੀ ਨੌਜਵਾਨ ਅਵਤਾਰ ਸਿੰਘ JCB ਚਾਲਕ ਹੈ। ਘਟਨਾ ਉਸ ਵੇਲੇ ਵਾਪਰੀ ਜਦੋਂ ਅਵਤਾਰ ਸਿੰਘ ਕਰਨਾਟਕਾ ਦੇ ਗੁਲਬਰਗਾ 'ਚ ATM 'ਚੋਂ ਪੈਸੇ ਕਢਵਾਉਣ ਗਿਆ। ਇਸ ਦੌਰਾਨ ਕੁਝ ਲੋਕਾਂ ਨੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਦੀ ਵਜ੍ਹਾ ਅੰਮ੍ਰਿਤਧਾਰੀ ਹੋਣਾ ਅਤੇ ਕਿਰਪਾਨ ਪਾਉਣਾ ਦੱਸਿਆ ਜਾ ਰਿਹਾ। ਇਹ ਵੀਡੀਓ ਉਸ ਵੇਲੇ ਦੀ ਹੈ ਜਦੋਂ ਅਵਤਾਰ ਸਿੰਘ ਦੀ ਕਿਰਪਾਨ ਉਤਰਵਾ ਕੇ ਹਵਾ ਵਿੱਚ ਲਹਿਰਾਈ ਗਈ। ਕਿਰਪਾਨ ਨੂੰ ਛੁਰਾ ਦੱਸਣ ਵਾਲਿਆਂ ਨੇ ਅਵਤਾਰ ਸਿੰਘ ਨੂੰ ਉਦੋਂ ਛੱਡਿਆ ਜਦੋਂ ਉਸਨੇ ਆਪਣੀ ਕਿਰਪਾਨ ਉਤਾਰ ਦਿੱਤੀ, ਪਰ ਉਸਨੇ ਕਮੀਜ਼ ਥੱਲੇ ਛੋਟੀ ਕਿਰਪਾਨ ਵੀ ਪਹਿਨੀ ਹੋਈ ਸੀ। ਇਹ ਵੀਡੀਓ ਠੀਕ ਉਹਨਾਂ ਦਿਨਾਂ ਵਿੱਚ ਸਾਹਮਣੇ ਆ ਰਹੀ ਹੈ ਜਦੋਂ ਉੱਤਰਾਖੰਡ ਦੇ ਇੱਕ ਸਿੱਖ ਪੁਲਿਸ ਅਫਸਰ ਗਗਨਦੀਪ ਸਿੰਘ ਦੀ ਪੂਰੀ ਦੁਨੀਆ ਵਿੱਚ ਚਰਚਾ ਹੈ, ਜਿਸ ਨੇ ਇੱਕ ਹਿੰਦੂ ਅਤੇ ਮੁਸਲਿਮ ਜੋੜੇ ਨੂੰ ਭੀੜ ਤੋਂ ਬਚਾ ਕੇ ਮਿਸਾਲ ਪੈਦਾ ਕੀਤੀ। ਪਰ ਦੂਜੇ ਪਾਸੇ ਕਰਨਾਟਕਾ ਦੇ ਸਿੱਖ ਨੌਜਵਾਨ ਅਵਤਾਰ ਸਿੰਘ ਦੀ ਅੰਨੇਵਾਹ ਕੁੱਟਮਾਰ ਕੀਤੀ ਜਾ ਰਹੀ ਹੈ। ਅਵਤਾਰ ਸਿੰਘ ਦੇ ਮੁਤਾਬਕ ਕਿਰਪਾਨ ਉਤਰਵਾਉਣ ਤੋਂ ਕੁਝ ਦੇਰ ਬਾਅਦ ਹੀ ਸ਼ਰਾਰਤੀ ਅਨਸਰਾਂ ਨੇ ਉਸ ਨੂੰ ਫੇਰ ਤੋਂ ਘੇਰਾ ਪਾ ਲਿਆ ਅਤੇ ਬੰਦੀ ਬਣਾ ਕੇ ਬੇਤਹਾਸ਼ਾ ਕੁੱਟਮਾਰ ਕੀਤੀ ਗਈ। ਭੀੜ ਵੱਲੋਂ ਕੀਤੀ ਇਸ ਵੈਸ਼ੀ ਕਰਤੂਤ ਦੇ ਕਾਰਨ ਅਵਤਾਰ ਸਿੰਘ ਦੀ ਪੈਰ ਦੀ ਹੱਡੀ ਟੁੱਟ ਗਈ, ਇਸ ਲਈ ਉਸ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿੱਥੇ ਅਵਤਾਰ ਸਿੰਘ ਜ਼ੇਰੇ ਇਲਾਜ ਹੈ। ਆਪਣੀ ਪਹਿਚਾਣ ਲਈ ਸਿੱਖ ਕੌਮ ਵਿਦੇਸ਼ਾਂ ਵਿੱਚ ਕਾਨੂੰਨੀ ਲੜਾਈ ਲੜ ਰਹੀ ਹੈ, ਪਰ ਆਪਣੇ ਮੁਲਕ ਅੰਦਰ ਜਿੱਥੇ ਸਿੱਖਾਂ ਨੇ ਲਗਭਗ 90% ਸ਼ਹਾਦਤਾਂ ਦਿੱਤੀਆਂ, ਉੱਥੇ ਸਿੱਖਾਂ ਨੂੰ ਨਸਲੀ ਹਮਲੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਸ਼ਰਮਨਾਕ ਕਰਤੂਤ ਨੇ ਇੱਕ ਵਾਰ ਫੇਰ ਕੱਟੜਵਾਦ ਦਾ ਚਿਹਰਾ ਨੰਗਾ ਕਰ ਦਿੱਤਾ। ਨਿਊਜ਼ ਡੈਸਕ ਤੋਂ ਸੁਖਵਿੰਦਰ ਸਿੰਘ, D5 ਚੈਨਲ ਪੰਜਾਬੀ।